ਮਜ਼ੇ ਤੱਕ ਭੁੰਨਦੇ ਹਾਂ ਜੀ ਇਹਨਾਂ ਨੂੰ। ਬਸ ਨਾ ਆਪਣਾ ਬਰਾਉਨ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਦੇ ਹਾਂ। ਪਿਆਜ਼ਾਂ ਨੂੰ ਵੀ ਆਪਾਂ ਬਰਾਉਨ ਹੁੰਦੇ ਤੱਕ ਭੁੰਨਾਂਗੇ। ਇਹਦੇ ਵਿੱਚ ਆਪਾਂ ਹਰੀ ਮਿਰਚ ਐਡ ਕਰ ਦਿੰਦੇ ਹਾਂ। 1 ਮਿੰਟ ਲਈ ਇਹਨੂੰ ਪਕਾਉਂਦੇ ਹਾਂ। ਹੁਣ ਇਹਦੇ ਵਿੱਚ ਆਪਾਂ ਪਾਉਂਦੇ ਹਾਂ ਜੀਰਾ, 1 ਚਮਚ ਜੀਰੇ ਦਾ ਪਾਉਂਦੇ। ਹਲਦੀ ਪਾ ਦੇਣੀ, ਸੋਰੀ ਦੇਗੀ ਮਿਰਚ ਪਾਉਂਦੇ ਹਾਂ। ਇਹਦੇ ਵਿੱਚ ਆਪਾਂ ਪਾਉਂਦੇ ਹਾਂ ਹਲਦੀ, ਹਲਦੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਲੂਣ ਪਾਉਂਦੇ ਸਵਾਦ ਅਨੁਸਾਰ। ਹੁਣ ਇਹਦੇ ਵਿੱਚ ਆਪਾਂ ਪਾ ਲੈਣੇ ਧਨੀਆ ਪਾਊਡਰ, ਪਾਉਣੇ ਆ ਟਮਾਟਰ ਜੋ ਮਿਕਸ ਗ੍ਰੈਂਡ ਕਰਕੇ ਰੱਖਿਆ ਤੇ। ਇਹਨੂੰ ਚੰਗੀ ਤਰ੍ਹਾਂ ਪਕਾਉਣੇ ਆ, ਇੰਨਾ ਚਿਰ ਆਪਣਾ ਮਸਾਲਾ ਘੀ ਨਹੀਂ ਕਰੇਗਾ। ਐਡ ਕਰਦੇ ਹਾਂ ਪੇਠਾ, ਇਹਨੂੰ ਚੰਗੀ ਤਰ੍ਹਾਂ ਰਲਾ ਲੈਂਦੇ ਹਾਂ ਮਸਾਲੇ 'ਚ। ਗੈਸ ਆਪਾਂ ਕਰ ਦਿੰਦੇ ਹਾਂ ਸਲੋ। Thank you.
ਆਪਾਂ 5 ਮਿੰਟ ਲਈ ਢੱਕ ਕੇ ਪਕਾ ਲਵਾਂਗੇ ਜੀ। ਗੈਸ ਕਰ ਦਿੰਦੇ ਹਾਂ ਸਲੋ, ਝਾੜਨ ਲੱਗ ਗਿਆ ਦੇਖੋ। ਇਹਦੇ ਵਿੱਚ ਆਪਾਂ ਗੁੜ ਐਡ ਕਰ ਦਿੰਦੇ ਹਾਂ ਜੀ। ਮੇਥੀ ਪਾ ਦਿੰਦੇ ਅਤੇ ਨਾਲ ਹੀ ਗੁੜ ਐਡ ਕਰ ਦਿੰਦੇ। ਮੇਥੀ ਨਾਲ ਬਹੁਤ ਵਧੀਆ ਟੇਸਟ ਆਉਂਦਾ ਜੀ ਪੇਠੇ ਦੀ ਸਬਜ਼ੀ ਦਾ। ਮੇਥੀ ਅਤੇ ਮੇਥੇ ਦੋਨੇ ਚੀਜ਼ਾਂ ਨਾਲ ਪੇਠਾ ਸਵਾਦ ਲੱਗਦਾ, ਮਿਕਸ ਗੁੜ ਹੋਵੇ। ਦੁੱਧ ਨੂੰ ਚੰਗੀ ਤਰ੍ਹਾਂ ਮੈਲਟ ਕਰਦੇ ਹਾਂ। ਚਲੋ ਜੀ, ਹੁਣ ਆਪਾਂ ਇਹਨੂੰ ਬੇਕਰ ਦੇ ਵਿੱਚ ਕਰਾ ਰਹੇ ਹਾਂ। ਮਿੰਟਾਂ ਲਈ ਇਹਨੂੰ ਆਪਾਂ ਮਿਕਸ ਕਰਕੇ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 5 ਕੁ ਮਿੰਟਾਂ ਲਈ ਆਪਾਂ ਇਹਨੂੰ ਢੱਕ ਕੇ ਹੋਰ ਪਕਾ ਲਵਾਂਗੇ ਸਲੋ ਗੈਸ 'ਤੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਜੀ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਣੀ ਬਣ ਗਈ ਸਬਜ਼ੀ, ਆਪਣੀ ਬਣ ਕੇ ਤਿਆਰ ਹੋ ਗਈ। ਹੁਣ ਆਪਾਂ ਇਹਨੂੰ ਕੌਲੀ 'ਚ ਪਾ ਲੈਂਦੇ ਵੀ। ਜ਼ਰੂਰ ਟਰਾਈ ਕਰਕੇ ਦੇਖਿਓ ਜੀ, ਪੇਠੇ ਦੀ ਸਬਜ਼ੀ ਇਸ ਤਰ੍ਹਾਂ ਬਹੁਤ ਟੇਸਟੀ ਬਣਦੀ ਹੈ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।